ਅੱਜ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਇਸ ਸਮਾਰਕ ਦੇ ਉੱਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਦੇ ਦਿਹਾੜੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਇਹ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਆ, ਉਹਨਾਂ ਦੀ ਯਾਦ ਨੂੰ ਮਨਾਇਆ ਜਾਂਦਾ ਆ। ਅੱਜ ਇੱਥੇ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ। ਇਹਦੇ ਵਿੱਚ ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਹਿੱਸਾ ਲਿਆ, ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ, ਡਿਪਟੀ ਕਮਿਸ਼ਨਰ ਸਾਹਿਬ ਅਤੇ ਸਾਰੇ ਅਫਸਰ ਸਭਿਆਨ ਪਹੁੰਚੇ ਨੇ। ਔਰ ਇੱਥੋਂ ਸੰਦੇਸ਼ ਜੋ ਸਾਨੂੰ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਦਿੱਤਾ ਸੀ, ਦੇਸ਼ ਆਜ਼ਾਦ ਕਰਾਉਣ ਤੋਂ ਬਾਅਦ ਕਿ ਸਾਡੇ ਇਸ ਆਜ਼ਾਦ ਦੇਸ਼ ਦੇ ਵਿੱਚ ਇਸ ਸੰਘੀ ਢਾਂਚੇ ਦੇ ਵਿੱਚ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ, ਤਾਂ ਕਿ ਜਿਹੜਾ ਦੇਸ਼ ਦੀ ਉਹ ਸੰਰਚਨਾ ਕਰਨੇ ਚਾਹੁੰਦੇ ਸੀ, ਜਿਸ ਦੇਸ਼ ਦੀ ਉਹ ਜਿਸ ਤਰ੍ਹਾਂ ਦਾ ਉਹ ਦੇਸ਼ ਬਣਾਉਣਾ ਚਾਹੁੰਦੇ ਸੀ, ਅਸੀਂ ਉਹਦੇ 'ਤੇ ਕਾਮਯਾਬ ਹੋਈਏ, ਉਹਦੇ ਵਾਸਤੇ ਆਪਣਾ ਯੋਗਦਾਨ ਪਾ ਸਕੀਏ, ਉਹਨਾਂ ਦੇ ਇਸ ਪੈਗਾਮ ਨੂੰ ਇੱਥੋਂ ਲੈ ਕੇ ਜਾ ਰਹੇ ਹਾਂ। ਔਰ ਇਹੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸ਼ਕਤੀ ਬਖਸ਼ੋ ਕਿ ਅਸੀਂ ਆਪਣੇ ਇਰਾਦਿਆਂ 'ਚ, ਆਪਣੇ ਫਰਜ਼ਾਂ 'ਚ ਪੂਰੇ ਉਤਰ ਸਕੀਏ, ਤਾਂ ਕਿ ਇਹਨਾਂ ਸ਼ਹੀਦਾਂ ਦੇ ਜੋ ਮਨਸੂਬੇ ਸੀ, ਜੋ ਇਹਨਾਂ ਨੇ ਸੋਚ ਇੱਕ ਰੱਖੀ ਸੀ, ਇੱਕ ਹਿੰਦੁਸਤਾਨ, ਆਜ਼ਾਦ ਹਿੰਦੁਸਤਾਨ ਦੀ, ਔਰ ਉਹਦੇ ਵਿੱਚ ਲੋਕਾਂ ਦੀ ਤਰੱਕੀ ਦੀ, ਉਹਦੇ ਵਿੱਚ ਸਾਡਾ ਯੋਗਦਾਨ ਜਿਹੜਾ ਆ ਉਹ ਪੈ ਸਕਦਾ। ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਅੱਜ ਸ਼ਹਾਦਤ ਦੀ ਮੁਕੱਦਸ ਧਰਤੀ ਦੇ ਉੱਤੇ ਸਰਕਾਰ ਦੇ ਵੱਲੋਂ ਔਰ ਲੋਕਾਂ ਨੇ ਮਿਲ ਕੇ ਇੱਕ ਸਮਾਗਮ ਆਯੋਜਿਤ ਕੀਤਾ। ਔਰ ਮੈਂ ਸਮਝਦਾ ਕਿ ਜਿਹੜੇ ਇਸੇ ਤਰ੍ਹਾਂ ਦਾ ਕੋਈ ਸਿਆਸੀ ਆਈਡੀਓਲੋਜੀ ਵੀ ਕੋਈ ਲੈ ਕੇ ਆਵੇ ਤਾਂ ਇਹਦੇ ਤੋਂ ਬਾਹਰ ਨਹੀਂ ਜਾ ਸਕਦਾ। ਊਧਮ ਸਿੰਘ ਜੀ ਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਨਾਮ ਉਹਨਾਂ ਦੇ ਪੇਰੈਂਟਸ ਜ਼ਰੂਰ ਸਰਕਾਰ ਸੰਸਥਾਨ ਗਿਆ ਸੀ, ਲੇਕਿਨ ਜਿਹੜਾ ਉਹਨਾਂ ਨੇ ਆਪਣੇ ਆਪ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ, ਉਸ ਤੋਂ ਸਾਨੂੰ ਬਹੁਤ ਸਿੱਖਿਆ ਲੈਣ ਦੀ ਲੋੜ ਹੈ ਕਿ ਸਾਰੇ ਧਰਮਾਂ ਦੇ ਲੋਕ ਜੇ ਇਕੱਠੇ ਰਹਿਣਗੇ ਤਾਂ ਅਸੀਂ ਆਜ਼ਾਦ ਦੇਸ਼ ਦੇ ਤੌਰ ਦੇ ਉੱਤੇ ਤਰੱਕੀ ਕਰਾਂਗੇ। ਇਹੀ ਉਹਨਾਂ ਦਾ ਸੰਦੇਸ਼ ਸੀਗਾ। ਔਰ ਮੈਂ ਸਮਝਦਾ ਕਿ ਦੇਖੋ ਇੰਨੀ ਦੇਰ ਪਹਿਲਾਂ, ਇੰਨਾ ਸਮਾਂ ਪਹਿਲਾਂ ਉਹਨਾਂ ਨੇ ਇਹ ਦੂਰ ਅੰਦੇਸ਼ੀ ਨਾਲ ਇਹ ਸੰਦੇਸ਼ ਦਿੱਤਾ ਸੀਗਾ, ਜਿਹਦੀ ਅੱਜ ਵੀ ਬਹੁਤ ਜ਼ਿਆਦਾ ਰੈਲੀਵੈਂਸ ਆ। ਸਾਨੂੰ ਇਸ ਦੇ ਉੱਤੇ ਇਸ ਮਾਰਗ 'ਤੇ ਚੱਲਣ ਦੀ ਲੋੜ ਹੈ। ਮੈਂ ਸਾਰੇ ਨੂੰ, ਇੱਥੇ ਜਿਹੜੇ ਬੱਚੇ ਆਏ ਆ, ਵੱਡੇ ਆ, ਭੈਣਾਂ, ਭਰਾ, ਸਾਰੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਤੋਂ ਅਸੀਂ ਸਿੱਖਿਆ ਲੈਂਦੇ ਹੋਏ ਇੱਕ ਆਪਣੇ ਦੇਸ਼ ਨੂੰ ਅੱਗੇ ਤਰੱਕੀ ਦੀ ਰਾਹ ਜਾਂ ਬਲਾਕ ਸੰਗਤੀਆਂ ਹੋਣ ਜਾਂ ਕੋਈ ਹੋਰ ਬਹੁਤ ਸਾਰੇ ਚੁਣ ਜਿੱਥੋਂ ਨੁਮਾਇੰਦੇ ਚੁਣ ਕੇ ਆਉਂਦੇ ਨੇ, ਉਹ ਹੁਣ ਉਹ ਇੱਕ ਪੱਖ ਹੈ ਅਤੇ ਦੂਜਾ ਪੱਖ ਸਾਡੇ ਨਾਲ ਨਾਲ ਸਾਡੇ ਦੇਸ਼ ਦੇ ਪ੍ਰਬੰਧ ਨੂੰ ਚਲਾਉਣ ਲਈ ਸਾਡੇ ਹੁਣ ਇਹਦੇ ਵਿੱਚ ਇਹ ਜੋ ਸਾਨੂੰ ਬਣਾ ਕੇ ਦਿੱਤਾ ਗਿਆ ਆ, ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਚਾਹੇ ਉਹ ਚੁਣੇ ਹੋਏ ਨੁਮਾਇੰਦੇ ਹੋਈਏ ਤੇ ਚਾਹੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਆਈਡੀਓਲੋਜੀ ਵੀ ਕੋਈ ਲੈ ਕੇ ਆਵੇ ਤਾਂ ਇਹਦੇ ਤੋਂ ਬਾਹਰ ਨਹੀਂ ਜਾ ਸਕਦਾ।